ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾ ਐਲ ਐਸ ਆਈ ਕੇ YouTube ਚੈਨਲ ਤੇ ਇੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਤੇ ਪਲੇਲਿਸਟ ਜਾ ਕੇ ਦੇਖੋ ਤੁਸੀਂ 415-16 ਹੋਰ ਵੀਡੀਓਜ਼ ਨੇ ਅੱਜ ਦੀ ਵੀਡੀਓ ਜੀ ਮਾਨਸੂਨ ਬਾਰੇ ਜਿਵੇਂ ਕਿ ਬਹੁਤ ਸਾਰੇ ਜ਼ਿਲ੍ਹਿਆਂ ਚ ਅਜ ਮਾਨਸੂਨ ਲਗਭਗ ਪਹੁੰਚ ਚੁੱਕਾਗਾ ਤੇ ਚੰਡੀਗੜ੍ਹ ਵਗੈਰਾ ਤੇ ਹੋਰ ਬਹੁਤ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਅਜਰਾਤ ਤੱਕ ਮਾਨਸੂਨ ਦੀ ਜਿਹੜੀ ਬਰਸਾਤ ਹੁਣੇ ਸ਼ੁਰੂ ਹੋ ਜੂਗੀ ਤੇ ਬਹੁਤ ਸਾਰੇ ਜਿਵੇਂ ਕਿ ਮਾਲਵੇ ਦੇ ਜ਼ਿਲ੍ਹੇ ਉੱਥੇ ਹਜੇ ਮਾਨਸੂਨਾਂ ਜਿਹੜੀ 4-5 ਦਿਨ ਹੋਰ ਲੇਟ ਹੋਊਗੀ ਤੇ ਥੋੜੀ-ਬਹੁਤ ਕਿਣਮਣਕਾਣੀ ਮਾਲਵੇ ਦੇ ਜ਼ਿਲ੍ਹਿਆਂ 'ਚ ਹੋ ਸਕਦੀ ਹੈਗੀ ਤੇ ਪਰ ਵੀ ਉੱਥੇ ਲੇਟ ਹੈਗੀ ਮਾਨਸੂਨ ਤੇ ਹੋਰ ਦੂਜੇ ਪੰਜਾਬ ਦੇ ਵਿੱਚ ਲਗਭਗ ਮਾਨਸੂਨ ਆ ਚੁੱਕਿਆ ਜਿਵੇਂ ਕਿ ਅਮਰਸਰ, ਸੰਗਰੂਰ ਬਾਰਿਸ਼ ਹੋ ਰਹੀ ਹੈ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸੋ ਵਿਕੇ ਕਿਤੇ ਕਿਤੇ بارش ਆ ਜਿਹੜੀ ਅੱਜ ਹੋ ਰਹੀ ਹੈਗੀ ਕਿਉਂਕਿ ਬਹੁਤ ਸਾਰੇ ਜ਼ਿਲ੍ਹਿਆਂ 'ਚ بارش ਆ ਗਈ ਪਰ ਅੱਜ ਸਵੇਰ ਅੱਜ ਦੁਪਹਿਰ ਤੋਂ ਲਗਭਗ ਦੁਪਹਿਰ ਤੋਂ ਲੈ ਕੇ ਹੁਣ ਠੰਡੀਆਂ ਹਵਾਵਾਂ ਚੱਲ ਰਹੀਆਂ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਠੰਡੀ ਹਵਾ ਜਿਹੜੀ ਚੱਲ ਰਹੀ ਹੈਗੀ ਤੇ ਬਾਕੀ ਕਿਤੇ ਕਿਤੇ ਮੀਂਹ ਵੀ ਪੈ ਰਿਹਾ ਕਿਤੇ ਦਰਮਿਆਨਾ ਕਿਤੇ ਹਲਕਾ ਤੇ ਉਮੀਦ ਹੈ ਵੀ ਇਹ بارش ਸਾਰੇ ਪੰਜਾਬ 'ਚ ਅਗਲੇ 2-4 ਦਿਨਾਂ 'ਚ ਪੂਰੀ ਜ਼ਿਆਦਾ ਪਊਗੀ ਤੇ 5-7 ਜਿਹੜਾ ਮਾਲਵਾ ਉਹ 'ਚ ਲੇਟ ਹੈਗੀ ਥੋੜੀ ਤੇ ਦੂਜੇ ਪੰਜਾਬ ਦੇ ਵਿੱਚ ਲਗਭਗ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਮਾਨਸੂਨ ਹੈ ਉਹ ਮਾਨਸੂਨ ਦੀ ਜਿਹੜੀ ਬਰਸਾਤ ਆ ਉਹ ਪੈਣੀ ਸ਼ੁਰੂ ਹੋ ਜੂਗੀ ਬਹੁਤ ਸਾਰੇ ਜ਼ਿਲ੍ਹਿਆਂ 'ਚ ਅੱਜ ਵੀ ਬਰਸਾਤਾਂ ਹੋ ਰਹੀਆਂ ਨੇ ਤੇ ਇਹ ਜਿਹੜੀ ਬਰਸਾਤ ਦੀ ਕਾਰਵਾਂ ਨੇ ਮਾਨਸੂਨ ਦੀਆਂ ਤੇ ਫਸਲਾਂ ਕਾਫੀ ਨਿਰਭਰ ਰਹਿੰਦੀਆਂ ਨੇ ਬਹੁਤ ਸਾਰੇ ਜਿਵੇਂ ਕਿ ਵੀਡੀਓਜ਼ ਦੇਖ ਰਹੇ ਆਪਾਂ ਪਾਰੇ ਵਿੱਚੋਂ ਨੇ ਜਿਹੜਾ ਚੰਗੀ ਤਰ੍ਹਾਂ ਚੱਲ ਨਹੀਂ ਰਿਹਾ ਜਾਂ ਕਿਵੇਂ ਹਨਾ ਵੀ ਬਾਰਿਸ਼ ਦੀ ਵਜ੍ਹਾ ਕਰਕੇ ਹੋਰ ਵੀ ਬਹੁਤ ਸਾਰੀਆਂ ਫਸਲਾਂ ਹੈ ਜਿਹੜੀਆਂ ਕਿ ਮੀਂਹ ਪੈਣ ਤੋਂ ਬਾਅਦ ਕਾਫੀ ਵਧੀਆ ਚੱਲ ਪੈਂਦੀਆਂ ਨੇ ਤੇ ਉਹਨਾਂ ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਘੱਟ ਮਿਹਨਤ ਨਾਲ ਫਸਲ ਆ ਜਿਹੜੀ ਮੀਂਹ ਨਾਲ ਹੁੰਦੀ ਹੈਗੀ ਬਾਕੀ ਝੋਨੇ ਵਾਲੇ ਕਿਸਾਨ ਤਾਂ ਮੀਂਹ ਮੰਗਦੇ ਮੰਗਦੇ ਵੱਤ ਤੋਂ ਵੱਧ ਮੀਂਹ ਬਾਬੇ ਤੇ ਪਾਣੀ ਵੱਜਦਾ ਮੋਟਰਾਂ ਬੰਦ ਹੁੰਦੀਆਂ ਨੇ ਤੇ ਨਰਮੇ ਵਾਲੇ ਕਿਸਾਨ ਵੀ ਮੰਗਦੇ ਕਿਉਂਕਿ ਇਹੀ ਟਾਈਮ ਹੁੰਦਾ ਨਰਮੇ ਦਾ ਵਧਨ ਦਾ ਬਾਕੀ ਉਮੀਦ ਹੈ ਵੀ ਅਗਲੇ ਜਿਹੜੀ 15 ਜੁਲਾਈ ਤੱਕ ਭਾਅ ਚੜਦੇ ਸੌਣ ਤੱਕ ਆ ਜਿਹੜੀ ਮੀਂਹ ਪੂਰੇ ਪੰਜਾਬ ਦੇ ਵਿੱਚ ਪੈ ਜਾਵੇਗਾ ਤੇ ਜਿਹੜਾ ਸੌਣ ਦਾ ਮਹੀਨਾ ਉਹ ਵੀ ਚੰਗੇ ਬਰਸਾਤ ਹੈ ਜਿਹੜੀ ਹੋ ਸਕਦੇ ਹੈ ਮੌਨਸੂਨ ਦਾ ਅਨੁਮਾਨ ਹੈਗਾ ਭਾਰਤੀ ਮੌਸਮ ਵਿਭਾਗ ਦੁਆਰਾ ਜਿਹੜਾ ਦੱਸਿਆ ਗਿਆ ਕਿ ਇਹ ਚੰਗੇ ਮੀਂਹ ਪੈ ਸਕਦੇ ਇਹ ਦਿਨਾਂ 'ਚ ਤੇ ਬਾਕੀ ਹੋਰ ਕੋਈ ਵੀ ਅਪਡੇਟ ਆਉਂਦੀ ਹੈਗੀ ਤਾਂ ਤੁਹਾਨੂੰ ਵੀਡੀਓ ਜ਼ਰੂਰ ਪਾਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ